ਪੱਤਰਕਾਰ ਸਾਹਿਬ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਹਾਂ, ਜਿਹੜਾ ਇੱਥੇ ਬਠਿੰਡਾ ਰੋਡ 'ਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ RTO ਦਫ਼ਤਰ ਹੈ, ਇਹ ਪਿਛਲੇ ਲੰਬੇ ਸਮੇਂ ਤੋਂ ਸਵਾਲਾਂ ਦੇ ਘੇਰੇ 'ਚ ਹੈ। ਸ਼ਰੇਆਮ ਉਹ ਇਹ ਗੱਲ ਕਹਿ ਰਹੇ ਆ ਵੀ ਜੇ ਤਾਂ ਤੁਸੀਂ ਕਾਰ ਚਲਾਉਣੀ ਹੈ ਤਾਂ ਤੁਹਾਡਾ 2000 ਰੁਪਈਆ ਲੱਗੂਗਾ, ਜੇ ਤੁਸੀਂ ਕਾਰ ਨਹੀਂ ਚਲਾਉਣੀ ਤਾਂ ਅਸੀਂ 4000 ਰੁਪਈਆ ਲਵਾਂਗੇ। ਸਾਈਕਲ ਵੀ ਨਹੀਂ ਚਲਾਉਣਾ ਆਉਂਦਾ ਉਹ ਵੀ 2000 ਰੁਪਈਆ ਦੇ ਕੇ ਇੱਥੋਂ ਟੈਸਟ ਪਾਸ ਕਰਾ ਕੇ ਲੈ ਜਾਂਦਾ। ਜਦੋਂ ਵੀ ਤੁਹਾਡੇ ਜ਼ਿਹਨ ਦੇ ਵਿੱਚ ਆਵੇ ਕਿ ਮੈਨੂੰ ਜ਼ਰੂਰਤ ਹੈ ਡਰਾਈਵਿੰਗ ਲਾਇਸੈਂਸ ਦੀ, ਤਾਂ ਤੁਸੀਂ ਫੌਰਨ ਜਾਂਦੇ ਹੋ ਅਤੇ ਜਾ ਕੇ ਅਪਲਾਈ ਕਰਦੇ ਹੋ ਕਿਸੇ ਸਰਕਾਰੀ ਅਦਾਰੇ ਦੇ ਵਿੱਚ ਜਾਂ ਫਿਰ ਉਹਨਾਂ ਹੀ ਸਰਕਾਰੀ ਅਦਾਰਿਆਂ ਦੇ ਬਾਹਰ ਬਣੇ ਹੋਏ ਕਿਸੇ ਨਾ ਕਿਸੇ ਦੁਕਾਨ ਦੇ ਉੱਪਰ ਜੋ ਕਿ ਨਿੱਜੀ ਤੌਰ ਦੇ ਉੱਪਰ ਫਾਰਮ ਭਰਦੇ ਨੇ ਅਤੇ ਉਸ ਤੋਂ ਬਾਅਦ ਸਾਰੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ। ਪਰੰਤੂ ਜਦੋਂ ਤੁਹਾਨੂੰ ਪਤਾ ਲੱਗੇ ਕਿ ਅਜਿਹਾ ਕਰਨ ਤੋਂ ਪਹਿਲਾਂ ਰਿਸ਼ਵਤਖੋਰੀ ਲਈ ਜਾਂਦੀ ਹੈ, ਉਹ ਵੀ ਥੋੜੀ ਬਹੁਤੀ ਨਹੀਂ ਹਜ਼ਾਰਾਂ ਰੁਪਏ ਦੇ ਵਿੱਚ, ਤਾਂ ਤੁਸੀਂ ਕੀ ਕਹੋਗੇ? ਜੀ ਹਾਂ, ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਸ਼੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਦੇ ਉੱਪਰ ਬਣੇ ਡਰਾਈਵਿੰਗ ਲਾਇਸੈਂਸ ਟਰੈਕ ਦੇ ਸਾਹਮਣੇ ਬਣੀਆਂ ਹੋਈਆਂ ਪ੍ਰਾਈਵੇਟ ਦੁਕਾਨਾਂ ਦੇ ਵੱਲੋਂ, ਜਿੱਥੇ ਕਿ ਉਹਨਾਂ ਦੇ ਵੱਲੋਂ ਲਾਇਸੈਂਸ ਬਣਾਉਣ ਦੇ ਉੱਪਰ ਲੋਕਾਂ ਤੋਂ ਲਏ ਜਾ ਰਹੇ ਨੇ ਪੈਸੇ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਖੂਬ ਵਾਇਰਲ ਹੋ ਰਹੀ ਹੈ। ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਅਗਰ ਡਰਾਈਵਿੰਗ ਲਾਇਸੈਂਸ ਬਣਾਉਣਾ ਹੈ ਤਾਂ ਤੁਹਾਨੂੰ ਕੋਈ ਟੈਸਟ ਦੇਣ ਦੀ ਲੋੜ ਹੀ ਨਹੀਂ ਹੈ, ਸਿਰਫ ਇੱਥੇ ਰਿਸ਼ਵਤ ਦੇਣੀ ਪੈਂਦੀ ਹੈ। ਇਸ ਮੌਕੇ ਦੇ ਉੱਪਰ ਇੱਕ ਸੱਜਣ ਦੇ ਵੱਲੋਂ ਨਾਲ ਦੀ ਨਾਲ ਇਸ ਪੂਰੇ ਮਾਮਲੇ ਤੋਂ ਪਰਦਾਫਾਸ਼ ਕਰਨ ਦੇ ਵਾਸਤੇ ਇੱਕ ਕਾਲ ਦੇ ਉੱਪਰ ਗੱਲਬਾਤ ਕੀਤੀ ਜਾਂਦੀ ਹੈ। ਤਾਂ ਕਾਲ ਦੇ ਉੱਪਰ ਇਸ ਪੂਰੇ ਮਾਮਲੇ ਦੇ ਵਿੱਚ ਕਿੰਨੇ ਰੁਪਏ ਮੰਗੇ ਗਏ ਨੇ ਉਹ ਵੀ ਸੁਣਦੇ ਹਾਂ। ਹੈਲੋ, ਹਾਂਜੀ ਨਹੀਂ, ਡਾਕਟਰ ਹੀ ਨਹੀਂ ਬੈਠਾ ਜੀ। ਮੈਂ ਕਿਹਾ ਜੀ ਮੈਨੂੰ ਗੱਡੀ ਗੁੱਡੀ ਦੇ ਵਿੱਚ ਸਿਰਦਰਦੀ ਨਾ ਹੋਵੇ, ਗੱਡੀ ਨਹੀਂ ਮੈਂ ਚਲਾਉਣੀ, ਕਿਤੇ ਉਹ ਹੋਵੇ, ਕਿਤੇ ਅੱਜ ਸੋਮਵਾਰ ਮੋਟਰਸਾਈਕਲ ਦਾ ਕਹਿਣ ਬਾਅਦ 'ਚ ਕਿਤੇ ਗੱਡੀ ਦਾ ਵੀ ਕਹਿਣ। ਉਹ ਨਹੀਂ ਨਹੀਂ ਉਹ ਗੱਲ ਨਾ ਸਾਡੇ, ਜੇ ਸੋਮਵਾਰ ਬੈਠਾ ਹੋਊਗਾ ਆਪਾਂ ਕਰਾਵਾਂਗੇ, ਨਹੀਂ ਤਾਂ ਆਪਾਂ ਵੀ ਆਪਾਂ ਪੈਸੇ ਮੋੜ ਲਾਂਗੇ, ਇਹਨਾਂ ਦੇ ਕਿਹੜਾ ਭੱਜਣ ਲੱਗਿਆ ਕਿਤੇ। ਅੱਛਾ ਠੀਕ ਆ, ਪ੍ਰੋਬਲਮ ਤੇਰਾ ਕੰਮ ਹੋ ਜਾਊਗਾ ਫਿਰ ਇਹ ਕਰ। ਬਸ ਠੀਕ, ਅਤੇ ਸੋਮਵਾਰ ਸੋਮਵਾਰ ਆਈਏ ਆਪਾਂ ਨੂੰ ਫਾਈਲ ਲੈ ਕੇ ਜਾਣਾ ਦੇ ਜਾਓ, ਕਦੇ ਫੀਸ ਭਰ ਦਿਓ ਸੱਤੀ ਦੇ ਦੇਣਾ ਕਿਹੜਾ। ਮੀਂਹ ਪੈਣ ਲੱਗ ਗਿਆ ਜੀ ਤਾਂ ਰੁਕ ਗਏ ਸੀਗੇ, ਆਉਣ ਤਾਂ ਲੱਗੇ ਸੀ ਇੱਧਰ ਹੀ। ਫਿਰ ਤਾਂ ਐਂ ਕਰੋ, ਜਿਹੜਾ ਫਾਈਲ ਐਪਲੀਕੇਸ਼ਨ ਨੰਬਰ ਫਰੰਟ ਹੈਗਾ ਹਾਂ, ਉਹ ਮੈਨੂੰ ਵਟਸਐਪ ਕਰੋ, ਪੇਮੈਂਟ ਗੂਗਲ ਪੇ ਕਰੋ, ਮੈਂ ਕੱਟ ਕੇ ਭੇਜ ਦਿੰਦਾ, ਉਹ ਤੇ ਵੀ ਤੁਹਾਡੇ ਕੋਲ ਪਹੁੰਚ ਰਿਹਾ। ਧੰਨਵਾਦ, ਨਹੀਂ ਹੁਣੇ ਤੇ ਕਰਵਾ ਦੇ। ਦੱਸ ਦਈਏ ਕਿ ਇਹ ਆਵਾਜ਼ ਜਦੋਂ ਤੁਸੀਂ ਸੁਣੇ ਹੋ ਤਾਂ ਤੁਹਾਡੇ ਜ਼ਿਹਨ ਦੇ ਵਿੱਚ ਇਹ ਸਵਾਲ ਤਾਂ ਜ਼ਰੂਰ ਆਉਂਦਾ ਹੈ ਕਿ ਆਖਿਰ ਇਹ ਹੋ ਕੀ ਰਿਹਾ ਹੈ। ਦੱਸ ਦਈਏ ਕਿ ਸ਼੍ਰੀ ਮੁਕਤਸਰ ਸਾਹਿਬ ਦਾ ਨੌਜਵਾਨ ਇੱਕ ਪ੍ਰਾਈਵੇਟ ਦੁਕਾਨ ਦੇ ਉੱਪਰ ਆਪਣਾ ਲਾਇਸੈਂਸ ਬਣਾਉਣ ਦੇ ਵਾਸਤੇ ਜਾਂਦਾ ਹੈ ਤਾਂ ਉਸ ਦੁਕਾਨਦਾਰ ਦੇ ਵੱਲੋਂ ਕਿਹਾ ਜਾਂਦਾ ਹੈ ਕਿ 4000 ਰੁਪਏ ਲੱਗੇਗਾ, ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਹੀ ਨਹੀਂ ਹੈ ਅਤੇ ਨਾ ਹੀ ਤੁਹਾਨੂੰ ਡਰਾਈਵਿੰਗ ਟੈਸਟ ਪਾਸ ਕਰਨਾ ਪਵੇਗਾ। ਮੈਂ ਯਾਰ ਇਹਦਾ ਪੱਕਾ ਕਰਾਉਣਾ ਯਾਰ, ਕੱਚਾ ਤਾਂ ਬਣਾ ਲਿਆ ਸੀ। ਇਹ ਮੰਨ ਕੇ ਚਲੋ ਆਪਾਂ ਕੀ ਕਰਨਾ ਪਵੇਗਾ ਜੀ, ਗੱਡੀ ਤਾਂ ਆਉਂਦੀ ਨਹੀਂ ਯਾਰ, ਕਿੰਨੇ ਟੋਟਲ 3500 ਰੁਪਏ ਲੱਗੂਗਾ। ਅੱਛਾ, ਅਤੇ ਜੇ ਮੰਨ ਕੇ ਚਲੋ ਜੇ ਹੋਰ ਕਿਸੇ ਦਾ ਬਣਾਉਣਾ ਹੋਵੇ ਉਹਦਾ ਕਿੰਨਾ ਹੁੰਦਾ, ਗੱਡੀ ਚਲਾਉਂਦਾ ਹੋਵੇ ਜਿਹੜਾ ਉਹਦਾ ਲੱਗੂਗਾ 1800 ਰੁਪਏ। ਚਲੋ ਕਰਨੀ ਮੋਟਰਸਾਈਕਲ ਦਾ ਕਰ ਦੂੰਗਾ।
ਯਾਨੀ ਕਿ 1800 ਰੁਪਇਆ ਹੈ ਤੇ ਜੇ ਮੰਨ ਲਓ ਆਪਾਂ ਜਿਹੜੇ ਗਾਂਹ ਦੇਣੇ ਆ ਨਹੀਂ ਤਾਂ 3500 ਰੁਪਏ ਫਿਰ 3500 1820 ਮੈਡੀਕਲ 1700 ਰੁਪਇਆ ਗਾਂਹ ਦੇਣਾ ਪਊ ਉੱਥੇ ਉੱਥੇ ਜਿੱਥੇ ਮੈਂ ਤੁਹਾਨੂੰ ਭੇਜੂ ਨਾ ਮੈਡੀਕਲ ਕਰਾਉਣ ਟਰੈਕ ਤੇ ਉਹ ਡਾਕਟਰ ਬੈਠਾ ਉਹ ਫ੍ਰੀ ਹੁੰਦਾ ਤੇ ਮੈਡੀਕਲ ਉਹ ਮੈਡੀਕਲ ਦਾ ਕੋਈ ਪੈਸੇ ਨਹੀਂ ਜ਼ਰੂਰਤ ਲੈਣਾ ਸਮਝ ਗਿਆ ਕਿ 1800 ਰੁਪਇਆ ਮੰਨ ਕੇ ਲਾਉਂਦਾ ਹੋਇਆ ਤੇ 1700 ਰੁਪਏ ਜਿਹੜਾ ਉੱਥੇ ਜਿਹੜਾ 1700 ਰੁਪਏ ਸਰਕਾਰੀ ਫੀਸ ਹੈ ਬਈ 400 ਅਸੀਂ ਆਪਣੀ ਮਿਹਨਤ ਲੈਣੀ ਹੈ ਠੀਕ ਹੈ ਬਾਕੀ ਜਿਹੜੀ ਰਿਸ਼ਵਤ ਅੱਛਾ ਉਹ ਜਿਹੜੀ ਦੇਣੀ ਆ ਜਿਹੜੀ ਉੱਥੇ ਦੇਣਾ ਠੀਕ ਸੁਬਾ ਕਿੰਨੇ ਵਜੇ ਆਈ ਸੁਬਾ 10:30 ਵਜੇ ਚਲ ਠੀਕ ਤੈਨੂੰ ਫੋਟੋ ਲੈ ਦਾ ਆਧਾਰ ਕਾਰਡ ਤੇ ਲੋ ਸਰ ਆਹ ਦਿਖਾ ਇਸ ਤੋਂ ਇਲਾਵਾ ਇਸ ਸਭ ਦੇ ਦਰਮਿਆਨ ਨਾਲ ਦੀ ਨਾਲ ਜਦੋਂ ਖਾਸ ਤੌਰ ਦੇ ਉੱਪਰ ਇਸ ਸ਼ਖਸ ਦੇ ਵੱਲੋਂ ਆਪਣਾ ਟੈਸਟ ਦੇਣ ਦੇ ਵਾਸਤੇ ਅੱਗੇ ਕਦਮ ਵਧਾਏ ਜਾਂਦੇ ਨੇ ਇਸ ਡਰਾਈਵਿੰਗ ਲਾਇਸੈਂਸ ਲੈਣ ਦੇ ਅਦਾਰੇ ਦੇ ਬਾਹਰ ਤਾਂ ਉੱਥੇ ਜਾ ਕੇ ਉਸਦੇ ਵੱਲੋਂ ਜਦੋਂ ਕਿਹਾ ਜਾਂਦਾ ਹੈ ਕਿ ਮੈਨੂੰ ਫਲਾਨੇ ਬੰਦੇ ਨੇ ਭੇਜਿਆ ਹੈ ਤੇ ਮੈਂ ਟੈਸਟ ਨਹੀਂ ਦੇਣਾ ਪਰ ਮੈਨੂੰ ਤੁਸੀਂ ਪਾਸ ਕਰ ਦਿਓ ਤਾਂ ਵੇਖੋ ਉੱਥੇ ਲੁਕੇ ਹੋਏ ਕੈਮਰੇ ਦੇ ਅੱਗੇ ਇਸ ਬੰਦੇ ਨੇ ਆਖਿਰ ਕੀ ਕਿਹਾ ਹੈ ਜੇ ਮੰਨ ਕੇ ਚਲੋ ਗੱਡੀ ਚਲਾਉਂਦਾ ਹੋਵੇ ਬੰਦਾ ਫਿਰ ਕਿੰਨੀ 2000 ਰੁਪਏ ਉਹਨਾਂ ਨੂੰ ਦੇਣਾ ਆਪਾਂ ਠੀਕ ਹੈ ਚਲੋ ਚੱਲ ਵੀ ਕਰ ਸਾਰਾ ਕੁਛ ਖੈਰ ਸਭ ਦੇ ਦਰਮਿਆਨ ਜਦੋਂ ਗੱਲਬਾਤ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਤਾਂ ਇਸ ਬਾਬਤ SDM ਮੁਕਤਸਰ ਸਾਹਿਬ ਦੇ ਨਾਲ ਸਾਡੇ ਪੱਤਰਕਾਰ ਨੇ ਗੱਲਬਾਤ ਕਰਨੀ ਚਾਹੀ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਇਸ ਦੇ ਬਾਰੇ ਵਿੱਚ ਕੁਝ ਨਹੀਂ ਪਤਾ ਜੇਕਰ ਸਾਡਾ ਕੋਈ ਮੁਲਾਜ਼ਮ ਇਸ ਸਭ ਦੇ ਬਾਰੇ ਵਿੱਚ ਇਨਵੋਲਵਮੈਂਟ ਰੱਖਦਾ ਹੈ ਜਾਂ ਫਿਰ ਉਸਦੇ ਵੱਲੋਂ ਅਜਿਹਾ ਕੁਝ ਕੀਤਾ ਗਿਆ ਹੈ ਤਾਂ ਮੈਨੂੰ ਦੱਸੋ ਉਸ ਤੋਂ ਬਾਅਦ ਜਦੋਂ SDM ਸਾਹਿਬ ਦੇ ਨਾਲ ਹੋਰ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਦੇ ਵੱਲੋਂ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ ਗਿਆ ਪਰੰਤੂ ਹੁਣ ਵੱਡਾ ਸਵਾਲ ਇੱਥੇ ਲਗਾਤਾਰ ਇਹੀ ਉੱਠ ਰਿਹਾ ਹੈ ਕਿ ਆਖਿਰ ਅਜਿਹਾ ਜੇ ਹੋ ਰਿਹਾ ਹੈ ਤਾਂ ਕਿਉਂ ਹੋ ਰਿਹਾ ਹੈ ਕੀ ਨਾਮ ਹੈ ਜੀ ਕੀ ਮਾਮਲਾ ਜਿਹੜਾ ਮੇਰਾ ਨਾਮ ਧਰਮਜੀਤ ਸਿੰਘ ਬੋਲੀ ਬੇਦੀ ਹੈ ਜੀ ਪੱਤਰਕਾਰ ਸਾਹਿਬ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਹਾਂ ਜਿਹੜਾ ਇੱਥੇ ਬਠਿੰਡਾ ਰੋਡ 'ਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ RTO ਦਫ਼ਤਰ ਹੈ ਇਹ ਪਿਛਲੇ ਲੰਬੇ ਸਮੇਂ ਤੋਂ ਸਵਾਲਾਂ ਦੇ ਘੇਰੇ 'ਚ ਹੈ ਤੁਸੀਂ ਦੇਖਿਆ ਹੋਊਗਾ ਮੈਂ ਬੜੀ ਵਾਰੀ ਇਹਨਾਂ ਦੀ ਨਿਊਜ਼ ਬੜੀਆਂ ਸ਼ਿਕਾਇਤਾਂ ਬੜਾ ਕੁਛ ਇਹਨਾਂ ਦੀਆਂ ਜਿਹੜੀਆਂ ਜਿਹੜਾ ਭ੍ਰਿਸ਼ਟਾਚਾਰ ਕਰਦੇ ਆ ਅਸੀਂ ਸਰਕਾਰ ਦੇ ਸਾਹਮਣੇ ਲਿਆ ਪਰ ਹਾਲੇ ਤੱਕ ਤੁਸੀਂ ਇਹ ਦੇਖੋ ਕੋਈ ਕਾਰਵਾਈ ਨਹੀਂ ਹੋਈ ਇਸੇ ਤਹਿਤ ਅਸੀਂ ਕੱਲ੍ਹ ਪਰਸੋਂ 5-7 ਦਿਨਾਂ ਤੋਂ ਅਸੀਂ ਇਹਨਾਂ ਦੇ ਸਟ੍ਰੇਂਗ ਕੀਤੇ ਆ ਇਹਨਾਂ ਦੇ ਇੱਕ ਜਿਹੜੇ ਏਜੰਟ ਹੈ ਉਹ ਸਾਹਮਣੇ ਬੈਠਦੇ ਆ ਸਾਹਮਣੇ ਬੈਠ ਕੇ ਸ਼ਰੇਆਮ ਨੂੰ ਇਹ ਗੱਲ ਕਹਿ ਰਹੇ ਆ ਵੀ ਜੇ ਤਾਂ ਤੁਸੀਂ ਕਾਰ ਚਲਾਉਣੀ ਹੈ ਤਾਂ ਤੁਹਾਡਾ 2000 ਰੁਪਈਆ ਲੱਗੂਗਾ ਜੇ ਤੁਸੀਂ ਕਾਰ ਨਹੀਂ ਚਲਾਉਣੀ ਤਾਂ ਅਸੀਂ 4000 ਰੁਪਈਆ ਲਵਾਂਗੇ ਉਹਦੀ ਬਕਾਇਦਾ ਮੈਂ ਤੁਹਾਨੂੰ ਵੀਡੀਓ ਦੇਖੀ ਆ ਫਿਰ ਇਹ ਸਾਰੇ ਅੰਦਰ ਰਲੇ ਹੋਏ ਆ ਅਤੇ ਤਾਂ ਤੱਕ ਜਿਹੜਾ ਇਹਨਾਂ ਦਾ ਇਹ ਭ੍ਰਿਸ਼ਟਾਚਾਰ ਦੀ ਜਿਹੜੀ ਇਹ ਭ੍ਰਿਸ਼ਟ ਲੜੀ ਜਿਹੜੀ ਇਹ ਜੁੜੀ ਹੋਈ ਆ ਸੋ ਕਿਰਪਾ ਕਰਕੇ ਮੁੱਖ ਮੰਤਰੀ ਸਾਹਿਬ ਜਿਹੜੀਆਂ ਆਪਾਂ 50-50 ਲੱਖ ਰੁਪਈਆ ਲਾ ਕੇ
ਇੰਨੀਆਂ ਕਾਰਾਂ ਇੰਨੇ ਜਿਹੜੇ ਤੁਸੀਂ ਸੜਕ ਸੁਰੱਖਿਆ ਚਲਾਈ ਹੈ ਉਹਨਾਂ ਦਾ ਕੋਈ ਫਾਇਦਾ ਨਹੀਂ। ਜਿਹਨੂੰ ਸਾਈਕਲ ਵੀ ਨਹੀਂ ਚਲਾਉਣਾ ਆਉਂਦਾ ਉਹ ਵੀ 2000 ਰੁਪਈਆ ਦੇ ਕੇ ਇੱਥੋਂ ਟੈਸਟ ਪਾਸ ਕਰਾ ਕੇ ਲੈ ਜਾਂਦਾ। ਸੋ ਕਿਰਪਾ ਕਰਕੇ ਮੁੱਖ ਮੰਤਰੀ ਸਾਹਿਬ ਬੇਨਤੀ ਹੈ, ਧਿਆਨ ਦਿਓ, DC ਸਾਹਿਬ ਧਿਆਨ ਦੇਣ, ਜਿਹੜੇ ਇਹਨਾਂ ਦੇ ਮੁਲਾਜ਼ਮ ਜਿਹੜੇ ਇਹਨਾਂ ਨਾਲ ਰਲੇ ਆ ਜੈਂਟਾਂ ਨਾਲ ਉਹਨਾਂ ਨੂੰ ਤੁਸੀਂ ਨੱਥ ਪਾਓ ਤਾਂ ਜੋ ਕੱਲ੍ਹ ਨੂੰ ਐਕਸੀਡੈਂਟ ਅਤੇ ਹੋਰ ਵੀ ਜਿਹੜੀਆਂ ਸਮੱਸਿਆਵਾਂ ਨਾ ਖੜੀਆਂ। ਤਾਂ ਹੁਣ ਵੱਡੀ ਗੱਲ ਇਹ ਹੈ ਕਿ ਇਹ ਕਈ ਲੋਕਾਂ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਦੇ ਉੱਪਰ ਬਣੇ ਹੋਏ ਇਸ ਡਰਾਈਵਿੰਗ ਲਾਇਸੈਂਸ ਦੇ ਟਰੈਕ ਦੇ ਸਾਹਮਣੇ ਬਣੀਆਂ ਪ੍ਰਾਈਵੇਟ ਦੁਕਾਨਾਂ ਦੇ ਵੱਲੋਂ ਜਦੋਂ ਲਾਇਸੈਂਸ ਦੇ ਵਾਸਤੇ ਇਸ ਪ੍ਰਕਾਰ ਦੇ ਨਾਲ ਧੜੱਲੇ ਦੇ ਨਾਲ ਪੈਸਿਆਂ ਦਾ ਲੈਣ ਦੇਣ ਕੀਤਾ ਜਾ ਰਿਹਾ ਹੈ, ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਸ ਸਭ ਦੇ ਉੱਪਰ ਕਿਸੇ ਪ੍ਰਕਾਰ ਦੀ ਕੋਈ ਕਾਰਵਾਈ ਹੋਵੇਗੀ ਜਾਂ ਫਿਰ ਨਹੀਂ? ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ।